ਸੋ ਇਹ ਗਾਇਸ ਕੀ ਹਾਲ ਚਾਲ ਹੈ, ਸਾਡੇ ਊਂਠ ਸਾਰੇ ਵਧੀਆ ਹੋਵੋਗੇ, ਨੋ ਐਨੀ ਮੋਰ, ਠੀਕ ਹੈ ਜੀ। A1 ਸਿੰਗਲ ਇਜ਼ ਕੰਪੋਜ਼ਰ ਬਾਏ A1 ਜਾਂ ਏਓਨ ਵੀ ਹੋ ਸਕਦਾ, ਠੀਕ ਹੈ, ਮੈਨੂੰ A1 ਲੱਗ ਰਿਹਾ ਕਾਫੀ ਹੱਦ ਤੱਕ। ਮਿਊਜ਼ਿਕ ਅੰਕੁਸ਼, ਵੀਡੀਓ ਵਰੁਣ ਨੈਸਟੀ, ਵਿਜੂਅਲਸ ਅਸਿਸਟੈਂਟ ਡਾਇਰੈਕਟਰ ਯਸ਼ ਸ਼ਰਮਾ। ਦਾ ਜੈਕਟ ਨਵੀਂ ਆ ਮੁੰਡੇ ਹਜੇ, ਪਰ ਦੇਖਦੇ ਆ ਕੀ ਚੀਜ਼ ਬਣਾਈ ਹੈ, ਲਿਆਓ। ਲੋਕੀ ਖੇਡਦੇ ਨੇ ਗੇਮ, ਯੂਜ਼ ਕਰਦੇ ਬ੍ਰੇਨ, ਦੂਰ ਲਾਉਂਦੇ ਨੇ ਅੰਦਾਜ਼ੇ, ਨਾ ਜਾਣਦੇ ਪਲੈਨ ਨੀ। ਮੈਂ ਉਹ ਆ ਪਤੰਗ, ਕੁੜੇ ਜਿਹਦੀ ਨਾ ਕੋਈ ਡੋਰ, ਮੈਂ ਹਵਾ ਵਿੱਚ ਝੁੱਲਾ ਥੱਲੇ ਪਾਉਂਦੇ ਲੋਕ ਸ਼ੋਰ, ਮੇਰੀ ਕਲਮੀ ਤੇ ਚੱਲੇ ਜਿੱਦਾਂ ਚੱਲੇ 12 ਬੋਰ। ਬੀਟ ਤਾਂ ਹੈਵੀ ਆ, ਠੀਕ ਹੈ, ਬੀਟ ਤਾਂ ਸੋਹਣੀ ਬਣਾਈ ਹੋਈ ਆ ਬਾਈ ਨੇ, ਠੀਕ ਆ। ਜਸਟ ਮੈਨੂੰ ਇੱਕ ਚੀਜ਼, ਮੈਂ ਇੱਕ ਚੀਜ਼ ਜ਼ਰੂਰ ਕਰਨਾ ਚਾਹੂੰਗਾ ਕਿ ਹਾਂ, ਮੈਨੂੰ ਲੱਗਦਾ ਕਿ ਸ਼ਾਇਦ ਥੋੜ੍ਹੀ ਜਿਹੀ ਕੰਪੋਜੀਸ਼ਨ ਸਲੋ ਹੋ ਸਕਦੀ ਸੀ। ਹਿਟਰਾਂ ਦੇ ਸੀਨੇ ਵਿੱਚ ਪਾਈ ਜਾਂਦੀ ਹੋਲੀ, ਮੈਂ ਵੰਨਨ ਓਨਲੀ, ਨੋ ਐਨੀ ਮੋਰ, ਨੋ ਐਨੀ ਮੋਰ, ਕੁੜੇ ਨੋ ਐਨੀ ਮੋਰ, ਵੰਨਨ ਓਨਲੀ। ਅੱਛਾ, ਕੋਈ ਹੋਰ ਨਹੀਂ ਹੈ, ਮੈਂ ਹੀ ਹਾਂ ਜੋ ਵੀ। ਤੁਮ ਛੱਡ ਕੁੜੇ, ਸਾਡੀ ਰਕਤ ਵੀ ਇਹ ਚਿੰਜ, ਜਿਹੜੀ ਕਰਦੇ ਸੀ ਟੀਚਰਾਂ ਵਿੱਚ ਵੀ ਇਹ ਸਿਮ। ਦੁਨੀਆ ਇਹ ਕਿਸੇ ਪਾਸੇ ਜੀਣ ਨਾ ਦੇਵੇ, ਤੁਸੀਂ ਚੰਗੇ ਹੋ ਜਾਂ ਮਾੜੇ ਤਾਂ ਵੀ ਕਰੂ ਵੀ ਬਲੇਮ। ਕੁਝ ਕੰਨੇ ਹੈਗੇ ਜਿਹੜੇ ਕਰਦੇ ਨੇ ਹਿੱਟ, ਕੁੜੇ ਕੁਝ ਕੰਨੇ ਹੈਗੇ ਜਿਹੜੇ ਦੱਸਦੇ ਫਲੋ ਨੀ। ਆਪਣੇ ਹੁਣ ਦੇ ਜਿਹੜੇ ਕਵੇ ਕਰਦੇ ਨੇ ਸਾਲੇ, ਮੂੰਹ ਦੇ ਨਹੀਂ ਮਿੱਠੇ ਪਰ ਦਿਲ ਦੇ ਨੇ ਚੋਰ, ਨੋ ਐਨੀ ਮੋਰ, ਨੋ ਐਨੀ ਮੋਰ, ਨੋ। ਥੋੜੀ ਡ੍ਰੌਪਸ ਲਾਈਕ ਉਹ ਚੀਜ਼ਾਂ, ਪਤਾ ਨਹੀਂ ਕੀ ਚੱਕਰ ਹੈ ਕਿ ਸ਼ਾਇਦ ਪਤਾ ਨਵੇਂ ਮੁੰਡੇ ਆ ਇਸ ਨਾਮ ਨਾਲ ਮਿਊਜ਼ਿਕ ਵਾਲਾ, ਥੋੜ੍ਹੀ ਚੀਜ਼ ਉੱਪਰ ਥੱਲੇ ਕਰ ਦਿੰਦਾ ਜਾਂ ਕੀ ਚੀਜ਼ ਆ, ਥੋੜ੍ਹਾ ਜਿਹਾ ਮੈਨੂੰ ਤਾਂ ਲੱਗਦਾ ਕਿ ਥੋੜ੍ਹਾ ਪ੍ਰੈਕਟੀਕਲੀ ਹੋਰ ਡੀਪ ਕਰ ਸਕਦੇ ਆ ਮਿਊਜ਼ਿਕ ਨੂੰ, ਹੈ ਨਾ, ਨਾਲੇ ਇੰਨਾ ਭਜਾਉਣ ਦੀ ਲੋੜ ਨਹੀਂ ਗਾਣੇ ਨੂੰ, ਮੈਨੂੰ ਇੱਦਾਂ ਲੱਗ ਰਿਹਾ। ਸ਼ੁਰੂਆਤ ਮੈਨੂੰ ਅੱਜ ਵੀ ਇਹ ਯਾਦ, ਜਿਹੜੇ ਕਹਿੰਦੇ ਸੀਗੇ ਵਿੱਚ ਐਦੇ ਹੈ ਨੀ ਗੱਲ ਬਾਤ, ਨਾ ਚੰਗੀ ਇਹਦੀ ਸੂਰਤ ਨਾ ਚੰਗੀ ਇਹ ਆਵਾਜ਼, ਕਿੱਦਾਂ ਸੁਣੂ ਇਹਨੂੰ ਲੋਕੀ, ਨਾ ਸੁਰ ਨਾ ਗੱਲ, ਬਸ ਇਹੀ ਗੱਲ ਸੁਣ ਮੇਰੇ ਲੱਗੀ ਸੀਨੇ ਅੱਗ ਤਾਈ ਫੜੀ, ਮੈਂ ਕਲਮ ਨਾ ਵੇਖੀ ਦਿਨ ਰਾਤ, ਨਹੀਂ ਬੜਾ ਕੁਝ ਸਹਿਆ ਕੁੜੇ, ਕਿੱਤਾ ਇਹ ਬਨੋਰ, ਸੁੱਖੇ ਨਹੀਂ ਉਹ ਖੁੱਲੇ ਕੁੜੇ ਲੱਗ ਦੇ ਡੋਰ, ਕਿਦਾਂ ਬੜਾ ਕੁਝ ਹੋਣਾ, ਬਸ ਨਹੀਂ ਕੀਤਾ ਇਗਨੋਰ ਕਿ ਕੀਤਾ ਇਗਨੋਰ, ਨਹੀਂ ਬੜਾ ਕੁਝ ਸਹਿਆ ਕੁੜੇ, ਕਿੱਤਾ ਇਹ ਬਨੋਰ। ਅੱਛਾ, ਬੜਾ ਕੁਝ ਸਹਿਆ, ਬੜਾ ਕੁਝ ਸੁਣਿਆ, ਬਸ ਕੀਤਾ ਇਗਨੋਰ, ਠੀਕ ਹੈ, ਸਹੀ ਗੱਲ ਆ। ਇਹ ਲਾਈਫ 'ਚ ਨਾ ਇਹ ਗੱਲ ਤਾਂ ਬਿਲਕੁਲ ਸੈੱਟ ਆ ਕਿ ਇਗਨੋਰ ਤਾਂ ਕਾਫੀ ਕੁਛ ਕਰਨਾ ਪੈਂਦਾ, ਕਿਉਂਕਿ ਜੇ ਤੁਸੀਂ ਕੁਛ ਬਣਨਾ ਤਾਂ ਇਹ ਲੋਕਾਂ ਨੇ ਤੁਹਾਨੂੰ ਛੇਤੀ ਕਿਤੇ ਬਣ ਨਹੀਂ ਦੇਣਾ, ਮੈਂ ਤਾਂ ਸੱਚੀ ਗੱਲ ਦੱਸਾਂ। ਸੁੱਖੇ ਨਹੀਂ ਉਹ ਖੁੱਲੇ ਤੁਹਾਡੇ ਲੱਗਦੇ ਆ ਡੋਰ, ਨੋ ਐਨੀ ਮੋਰ, ਨੋ ਐਨੀ ਮੋਰ, ਨੋ ਐਨੀ ਮੋਰ, ਨੋ ਐਨੀ ਮੋਰ, ਨਿੰਨ ਵੰਨਨ ਓਨਲੀ, ਨੋ ਐਨੀ ਮੋਰ, ਨੋ ਐਨੀ ਮੋਰ, ਕੁੜੇ ਨੋ ਐਨੀ ਮੋਰ। You bringing it back, fucking with them bad bitches, not faking in the back, you still running to the club and coming out with a stack, but you stats and dubs are counting the back. ਅਗਦਾ ਸੀ ਦਰੀਆ ਨੀ ਸਫ਼ਰ ਮੇਰਾ, ਕੁੜੇ ਤੈਰਨੀ ਉਹ ਕੁੜੇ ਦਿਲ ਚੜਿਆ ਮੇਰਾ, ਜਦੋਂ ਲੋੜ ਪਈ ਮੈਨੂੰ ਕੁੜੇ ਕਿਸੇ ਸਾਰ ਦੀ, ਉਦੋਂ ਕਿਸੇ ਨੇ ਕੁੜੇ ਹੱਥ ਫੜਿਆ ਮੇਰਾ, ਨੀ ਤਾਂ ਵੀ ਕੁੜੇ। ਯਾਰ ਵੈਸੇ ਸਾਰਿਆਂ ਨਾਲ ਇਹ ਚੀਜ਼ ਲਾਈਕ ਹੋਈ ਹੈ, ਹੈ ਨਾ, ਕਿਤੇ ਨਾ ਕਿਤੇ, ਕਿ ਜਦੋਂ ਲਾਈਕ ਜ਼ਿੰਦਗੀ 'ਚ ਮਾੜਾ ਟਾਈਮ ਆਉਂਦਾ ਤਾਂ ਉਦੋਂ ਕੋਈ ਹੱਥ ਨਹੀਂ ਫੜਦਾ, ਕੋਈ ਸਾਥ ਨਹੀਂ ਦਿੰਦਾ, ਹੈ ਨਾ, ਵਾਏ, ਕਿਉਂਕਿ ਕਿਤੇ ਨਾ ਕਿਤੇ ਹਰ ਬੰਦੇ ਦਾ ਕਦੀ ਮਾੜਾ ਟਾਈਮ ਆਇਆ ਹੁੰਦਾ, ਠੀਕ ਹੈ, ਅਤੇ ਉਹ ਜੇ ਮਾੜੇ ਟਾਈਮ ਵਾਲਾ ਬੰਦਾ ਹੁਣ ਜੇ ਮੈਨੂੰ ਕੋਈ ਆ ਕੇ ਕੱਲ੍ਹ ਨੂੰ ਕਵੇ ਤਾਂ ਓਬਵੀਅਸਲੀ ਆਪਾਂ ਕਿਤੇ ਨਾ ਕਿਸੇ ਤਰੀਕੇ ਨਾਲ ਹੱਥਾਂ ਫੜਾਂਗੇ ਨਾ, ਆਪਾਂ ਕਹਾਂਗੇ ਹਾਂ ਬਾਈ ਜਿੰਨਾ ਕਰ ਸਕਦੇ ਉਨਾ ਕੁ ਜ਼ਰੂਰ ਕਰਾਂਗੇ, ਹੈ ਨਾ। ਸੋ ਇਹ ਚੀਜ਼ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਲੋਕਾਂ ਦੀ, ਕਿ ਜਿਹੜੇ ਕਰ ਸਕਦੇ ਹੋ ਕਿ ਉਹ ਨਹੀਂ ਕਰਦੇ, ਜ਼ਿਆਦਾ ਉਹਨਾਂ ਨੂੰ ਇਹ ਡਰ ਹੈ ਕਿ ਸ਼ਾਇਦ ਸਭ ਤੋਂ ਅੱਗੇ ਨਾ ਲੰਘ ਜੇ, ਹੈ ਨਾ। ਪੋਜ਼ਿਟਿਵ ਨੈਗੇਟਿਵ ਨਹੀਂ, ਜਸਵੰਤ ਨੇ ਹੱਥ ਹੁਣ ਫੜਿਆ ਮੇਰਾ, ਨਹੀਂ ਇੱਥੇ ਮਤਲਬ ਹੀ ਦੁਨੀਆ ਆ, ਮਤਲਬ ਹੀ ਲੋਕ, ਨਹੀਂ ਮਤਲਬ ਲਈ ਕੁੜੇ ਹੁੰਦੇ ਨੇ ਕਲੋਜ਼, ਨੋ ਐਨੀ ਮੋਰ, ਨੋ ਐਨੀ ਮੋਰ, ਨੋ।
anymore, no anymore, ni main one and only, no anymore, no anymore, kude no anymore. Pair pair te badal de, main vekhe rang chamane de, ehte kon apna te kon begana, main parkh ke vekhe ne jabana de, saato hi sikh ke, te saade naal hi reh ke, hun tej banade ne dimaga de, asal ch oh bhul jande ne. ਮੁਰੇ ਖੜ ਨਹੀਂ ਹੁੰਦਾ ਕੋਈ ਤੂਫਾਨਾਂ ਦੇ, ਮੁਰੇ ਖੜ ਨਹੀਂ ਹੁੰਦਾ ਕੋਈ ਤੂਫਾਨਾਂ ਦੇ। ਠੀਕ ਹੈ, ਚਲੋ ਵਧੀਆ ਚੀਜ਼ ਬਣਾਈ ਹੈ, ਵਧੀਆ ਚੀਜ਼ ਹੈ, ਬਟ ਆਈ ਥਿੰਕ ਅਜੇ ਬਹੁਤ ਕੁਛ ਸਿੱਖਣ ਵਾਲਾ ਪਿਆ। ਠੀਕ ਆ, ਲਾਈਕ ਕੰਪੋਜੀਸ਼ਨਸ ਥੋੜ੍ਹੀ ਕੰਪੋਜੀਸ਼ਨ ਕੁਡ ਬੀ ਮੱਚ ਬੈਟਰ, ਮੈਂ ਇਹ ਗੱਲ ਕਹਾਂ। ਚਲੋ ਵੀਡੀਓ ਟ੍ਰਾਂਜੀਸ਼ਨ ਸ਼ਾਰਟਸ ਤਾਂ ਚਲੋ ਉਹ ਤਾਂ ਆਪਾਂ ਕਹਿ ਸਕਦੇ ਕਿ ਹਾਂ ਯਾਰ ਚਲੋ ਨਵੇਂ ਸੀਗੇ ਬਾਈ ਹੋ ਰਹੀ ਹੈ ਜੇ, ਬਟ ਇਹ ਚੀਜ਼ਾਂ 'ਚ ਕਾਫੀ ਫਰਕ ਪੈ ਜਾਂਦਾ ਹੁੰਦਾ। ਅਤੇ ਨਾਲੇ ਬਾਈ ਦੀ ਆਵਾਜ਼ ਜਿਵੇਂ ਥੋੜ੍ਹੀ ਜਿਹੀ ਪਤਲੀ ਆ, ਹੈ ਨਾ, ਜਾਂ ਥੋੜ੍ਹੀ ਜਿਹੀ ਹਾਈ ਨੋਟ ਵਧੀਆ ਗ੍ਰੈਬ ਕਰ ਸਕਦਾ ਬਾਈ ਉਸ ਤਰੀਕੇ ਦਾ, ਤਾਂ ਇਹ ਮੈਂ ਕਹਿ ਰਿਹਾ ਕਿ ਟਰਾਈ ਟੂ ਬੀ ਲਾਈਕ ਉਹ ਉੱਦਾਂ ਦੇ ਗਾਣੇ ਗਾਓ, ਲਾਈਕ ਜਿਵੇਂ ਕੋਈ ਰੋਮੈਂਟਿਕ ਟਰੈਕਸ ਹੋ ਗਏ ਜਾਂ ਉਹਦਾ ਦੀ, ਉਹ ਵੀ ਚੀਜ਼ ਟਰਾਈ ਕਰਕੇ ਦੇਖੋ, ਵਧੀਆ ਲੱਗੂਗੀ ਤੁਹਾਡੀ ਵੋਕਲ 'ਤੇ। ਅਤੇ ਦੂਜਾ ਇੱਕ ਚੀਜ਼ ਆ ਕਿ ਨਾ, ਹੁਣ ਮੈਂ ਉਸ ਚੀਜ਼ ਨੂੰ ਕਿਵੇਂ ਸਮਝਾਵਾਂ, ਲਾਈਕ ਹਰ ਇੱਕ ਚੀਜ਼ ਨੂੰ ਖੁਦ ਵੀ ਸਿੱਖੋ, ਲਾਈਕ ਵੀਡੀਓਜ਼ ਕਿਵੇਂ ਬਣਦੀਆਂ ਨੇ, ਵੀਡੀਓ ਦਾ ਸ਼ਾਰਟ ਕਿਵੇਂ ਲੈਣਾ, ਕੀ ਚੀਜ਼ਾਂ ਨੇ, ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਬਹੁਤ, ਯਾਰ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਬਾਈ, ਬਹੁਤ ਇੱਥੇ ਚੀਜ਼ਾਂ ਚੱਲਦੀਆਂ ਨੇ। ਠੀਕ ਹੈ, ਕਿ ਵਧੀਆ ਚੀਜ਼ ਨੂੰ ਵੀ ਆਪਾਂ ਮਾੜਾ ਮੋਟਾ ਉੱਪਰ ਥੱਲੇ ਕਰ ਲੈਂਦੇ ਹਾਂ, ਜੇ ਆਲੇ ਦੁਆਲੇ ਵਾਲੀ ਟੀਮ ਜਾਂ ਉਹ ਚੀਜ਼ ਵਧੀਆ ਤਰੀਕੇ ਨਾਲ ਹੈਲਪ ਨਾ ਕਰੇ, ਹੈ ਨਾ। ਅਤੇ ਹੁਣ ਜਿਵੇਂ ਮਿਊਜ਼ਿਕ ਵਾਲੇ ਬਾਈ ਨੇ ਆਪਣਾ ਬੈਸਟ ਦਿੱਤਾ, ਉਹਦਾ ਮਿਊਜ਼ਿਕ ਬਹੁਤ ਘੈਂਟ ਆ, ਬਹੁਤ ਸੋਹਣਾ, ਉਹਨੇ ਸਾਰਾ ਕੁਛ ਸਿਸਟਮ ਕੀਤਾ, ਹਲਕੇ ਮੋਟੇ ਡਰੋਪਸ ਵਗੈਰਾ ਪਾ ਸਕਦਾ ਸੀ ਮੈਂ ਮੰਨਦਾ। ਠੀਕ ਹੈ, ਵੀਡੀਓ 'ਚ ਕਿਸੇ ਦਾ ਕੁਛ ਸ਼ਾਰਟਸ ਬਹੁਤ ਪਿਆਰੇ ਸੀ, ਕੁਛ ਸ਼ਾਰਟ ਜਮਾ ਹੀ ਢਿੱਲੇ, ਹੈ ਨਾ, ਆਈ ਡੋਂਟ ਨੋ ਵਾਈ, ਐਡੀਟਿੰਗ ਸੋਹਣੀ ਹੋਈ ਹੋਈ ਹੈ ਵੀਡੀਓ ਦੀ, ਫਿਰ ਵੀ ਐਡੀਟਰ ਨੇ ਆਪਣਾ ਜ਼ੋਰ ਲਾਇਆ, ਤਾਂ ਕਾਫੀ ਚੀਜ਼ਾਂ ਨੇ, ਕੁਛ ਚੀਜ਼ਾਂ ਬਹੁਤ ਵਧੀਆ ਸੀ, ਕੁਛ ਚੀਜ਼ਾਂ ਥੋੜ੍ਹੀ ਇੱਦਾਂ ਸੀ ਕਿ ਜਿਹਨਾਂ 'ਤੇ ਕੰਮ ਹੋ ਸਕਦਾ। ਠੀਕ ਹੈ, ਅਤੇ ਇੱਕ ਕੰਪੋਜੀਸ਼ਨ ਇੰਨੀ ਫਾਸਟ ਨਾ ਰੱਖਿਓ ਅੱਗੇ ਦਾ, ਬਸ ਇਹ ਮੈਂ ਕਹਿਣਾ ਚਾਹੂੰਗਾ, ਕੰਪੋਜੀਸ਼ਨ ਵਧੀਆ ਠਹਿਰਾਵ ਦੀ ਵਾਲੀ। ਠੀਕ ਹੈ, ਸਤਿ ਸ਼੍ਰੀ ਅਕਾਲ।